ਡਾਕਟਰ ਗੁਰਬਖਸ਼ ਸਿੰਘ ਪੰਡਾਲ ਦਾ ਲੇਖ ਹੈ ਪ੍ਰਦੂਸ਼ਿਤ ਸਮਿਆਂ 'ਚ ਸਹਿਕ ਦੀ ਜਿੰਦ ਕੁਦਰਤ ਦੀਆਂ ਅੱਖਾਂ ਚੋਂ ਜ਼ਾਰੋ-ਜ਼ਾਰ ਰੋਂਦਾ ਕਾਦਰ ਕੁਦਰਤੀ ਨਿਯਮਤਾ ਨੂੰ ਮੌਤ ਦਾ ਫਤਵਾ ਦੇਣ ਵਾਲਿਆਂ ਦੇ ਮੁਖੜੇ ਤੇ ਇੱਕ ਚਿਰੀ ਹਾਸੀ ਸਮੁੱਚੀ ਲੋਕਾਈ ਦੀ ਜਨਮਦਾਤੀ ਧਰਤ ਦੀ ਜ਼ਰਖੇਜ਼ ਕੁੱਖ ਵਿੱਚੋਂ ਜ਼ਹਿਰਾਂ ਦੀ ਭਰਵੀਂ ਫਸਲ ਜੋ ਬੀਜਦੀ ਏ ਹਰ ਹਿੱਕ ਚਹੌਕਾ ਤੇ ਮਾਸੂਮ ਬੋਲਾਂ 'ਚ ਧਰਦੀ ਏ ਸਾਹਾਂ ਦੀ ਤਿੜਕਦੀ ਹੋਂਦ ਜੀਵਨ ਨੂੰ ਧੜਕਨ ਬਖਸ਼ਣ ਵਾਲੀ ਪੌਣ ਵਿੱਚ ਰਲੀਆਂ ਹੋਈਆਂ ਜ਼ਹਿਰੀਲੀਆਂ ਗੈਸਾਂ ਨਾਲ ਘੁੱਟ ਰਿਹਾ ਦਮ ਆਪਣੇ ਲਈ ਲੰਮੀ ਉਮਰ ਦੀ ਦੁਆ ਮੰਗਰੀ ਪੌਣ ਦਾ ਕੋਈ ਨਾ ਭਰੇ ਹੁੰਗਾਰਾ ਹਰ ਪਿਆਸੇ ਦੀ ਚੂਲੀ ਨੂੰ ਅੰਮ੍ਰਿਤ ਨਾਲ ਭਰਨ ਵਾਲੇ ਪਾਣੀ ਦੀ ਵਿਲਕਣੀ ਨੂੰ ਸੁਣਨ ਤੋਂ ਕੰਨ ਵੀ ਆਕੀ ਕਿਸੇ ਨੂੰ ਨਹੀਂ ਪਰਵਾਹ ਕਿ ਜੇਕਰ ਪਾਣੀ ਦੀ ਬੇਕਦਰੀ ਇਸੇ ਤਰ੍ਹਾਂ ਹੀ ਜਾਰੀ ਰਹੀ ਤਾਂ ਤਰਸ ਜਾਏਗਾ ਇੱਕ ਇੱਕ ਬੂੰਦ ਲਈ ਤਰਤ ਤੇ ਵਸੇਂਦਾ ਹਰ ਜੀਵ ਕੋਈ ਨਹੀਂ ਰਹਿਣਾ ਅਰਥੀ ਨੂੰ ਮੋੜਾ ਦੇਣ ਵਾਲਾ ਤੇ ਨਾ ਹੀ ਕਿਸੇ ਦੀ ਮੌਤ ਤੇ ਅਥਰੂ ਵਹਾਉਣ ਵਾਲਾ ਮਨੁੱਖ ਦੀ ਹਵਸ ਨੇ ਕੁਦਰਤ ਦੀ ਹਰ ਨਿਯਮਤ ਨੂੰ ਪਲੀਤ ਕਰ ਦਿੱਤਾ ਹੈ ਕਿਉਂਕਿ ਜਦ ਕਿਸੇ ਦੀ ਸੋਚ ਪਲੀਤ ਹੁੰਦੀ ਹੈ ਤਾਂ ਉਹਦੇ ਹਰ ਕਰਮ ਚੋਂ ਪਲੀਤਪੁਣੇ ਦਾ ਅਸਰ ਨਜ਼ਰ ਆਉਂਦਾ ਹੈ ਕੁਦਰਤੀ ਨਿਯਮਤਾਂ ਵਿੱਚ ਅਣ ਇਛਤ ਪਦਾਰਥਾਂ ਜਾਂ ਕਿਰਿਆਵਾਂ ਦੀ ਮਿਲਾਵਟ ਜਿਸ ਨਾਲ ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਹੈ ਪ੍ਰਦੂਸ਼ਣ ਕਹਲਦਾ ਹੈ ਕੁਦਰਤ ਸੰਗਿਕਾਗਰਤਾ ਮੰਨਣ ਵਾਲੇ ਜੀਵ ਨੇ ਜਦ ਵੀ ਕੁਦਰਤ ਵਿੱਚ ਦਖਲਅੰਦਾਜ਼ੀ ਕੀਤੀ ਤੈਦਾ ਇਵਜ਼ਾਨਾ ਮਨੁੱਖ ਨੂੰ ਭੁਗਤਣਾ ਪਿਆ ਇਹ ਥੋੜੇ ਚਿਰ ਵੀ ਹੋ ਸਕਦਾ ਹੈ ਤੇ ਲੰਮੀ ਮਿਆਦ ਵਾਲਾ ਵੀ ਪ੍ਰਮੁੱਖ ਪ੍ਰਦੂਸ਼ਨਾਜ ਜੇ ਸ਼ਾਮਲ ਨੇ ਹਵਾ ਪਾਣੀ ਧਰਤੀ ਆਵਾਜ਼ ਰੋਸ਼ਨੀ ਗਰਮੀ ਕਿਰਨਾ ਪੈਸਟਿਸਾਈਡਾਂ ਦਾ ਪ੍ਰਦੂਸ਼ਣ ਪਰ ਸਭ ਤੋਂ ਐਵੇਂ ਮਨੁੱਖੀ ਸੋਚ ਵਿੱਚਲਾ ਪ੍ਰਦੂਸ਼ਣ ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਤੇ ਨਾ ਹੀ ਕੋਈ ਇਸ ਬਾਰੇ ਸੋਚਣਾ ਚਾਹੁੰਦਾ ਕਿਉਂਕਿ ਸਭ ਤੋਂ ਕਠਨ ਹੁੰਦਾ ਹੈ ਮਾਨਸਿਕ ਪ੍ਰਦੂਸ਼ਣ ਨੂੰ ਦੂਰ ਕਰ ਹਵਾ ਦਾ ਪ੍ਰਦੂਸ਼ਣ ਹਵਾ ਕੋਲੋਂ ਖੁੱਸ ਰਿਹਾ ਹੈ ਪਵਨ ਗੁਰੂ ਦਾ ਰਤਬਾ ਸਮੁੱਚੇ ਜੀਵ ਸੰਸਾਰ ਦੀ ਜੀਵਨਦਾਨੀ ਹਵਾ ਆਪਣੀ ਸਵੱਛ ਹੋਣ ਲਈ ਸਹਿਕ ਰਹੀ ਹੈ ਕਿਉਂਕਿ ਮਨੁੱਖ ਦੀਆਂ ਰੋਜ਼ਾਨਾ ਜ਼ਿੰਦਗੀ ਦੀਆਂ ਕਿਰਿਆਵਾਂ ਨੇ ਹਵਾ ਨੂੰ ਪਲੀਤ ਕਰ ਦਿੱਤਾ ਹੈ ਰਕਤ ਗੈ ਜੀਵਨ ਦਾਤੀ ਦੇ ਹੱਡਾਂ ਚ ਜ਼ਹਿਰ ਤੇ ਇਹਨੇ ਟੋਣਾ ਇਸ ਮੁੱਚੇ ਜੀਵਾਂ ਤੇ ਅਣਕਿਆਸਿਆ ਕਹਿਰ ਕਾਰਾਂ ਤੇ ਗੱਡੀਆਂ ਦਾ ਧੂਆਂ ਥਰਮਲ ਪਲਾਂਟਾਂ ਚੋਂ ਨਿਕਲਦੀ ਕਾਲਖ ਝੋਨੇ ਪਰਾਲੀ ਕੂੜ ਕਬਾੜ ਨੂੰ ਲਾਈ ਜਾਂਦੀ ਅੱਗ ਫੈਕਟਰੀਆਂ ਚ ਉੱਠਦੇ ਧੂੰਏ ਦੇ ਬੱਦਲ ਪੇਂਟ ਏਸੀ ਵਿੱਚੋਂ ਨਿਕਲਦੀ ਸੀਐਫਸੀ ਆਗ ਸਭ ਕਰ ਰਹੇ ਨੇ ਪਾਉਣ ਨੂੰ ਪਲੀਤ ਹਵਾ ਚ ਰਲ ਰਹੀਆਂ ਨੇ ਜੀਵਨ ਨੂੰ ਖਤਮ ਕਰਨ ਵਾਲੀਆਂ ਗੈਸਾਂ ਜਿਨ੍ਹਾਂ ਚ ਕਾਰਬਨ ਮੋਨੋਆਕਸਾਈਡ ਹਾਈਡਰੋ ਕਾਰਬਨ ਸਾਈਟ੍ਰੋਜਨ ਆਕਸਾਈਡ ਸਲਫਰ ਡਾਈਆਕਸਾਈਡ ਤੇ ਕਲੋਰੋਫਲੋਰੋ ਕਾਰਬਨ ਦੀ ਬਹੁਤਾਂ ਇਹਨਾਂ ਗੈਸਾਂ ਦੀ ਬਦੌਲਤ ਮੈਟਰੋ ਸ਼ਹਿਰਾਂ ਚ ਫੈਲੀ ਰਹਿੰਦੀ ਹੈ स्मੋਗ ਗਲੋਬਲ ਵਾਰਮਿੰਗ ਦਾ ਖ਼ਤਰ ਨਾਜ਼ਲ ਹੋ ਰਿਹਾ ਹੈ ਧਰਤੀ ਦੇ ਮੌਸਮੀ ਗੇੜ ਤੇ ਜਿਸ ਨਾਲ ਕੁਦਰਤੀ ਕਰੋਪੀਆਂ ਦਾ ਖ਼ਤਰ ਜਰਨਾ ਪੈ ਰਿਹਾ ਹਰ ਜੀਵ ਨੂੰ ਸਾਹ ਦਮਾ ਅਲਰਜੀ ਵਰਗੀਆਂ ਲਾਮਤਾਂ ਘੇਰ ਰਹੀਆਂ ਨੇ ਹਰ ਮਨੁੱਖ ਨੂੰ ਕਿਦਰੇ ਤੇਜ਼ਾਬੀ بارش ਲੁੰਦੀ ਏ ਧਰਤੀ ਦੇ ਪਿੰਡੇ ਨਿਤ ਨਵੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ ਮਨੁੱਖ ਨੂੰ ਦਿੱਲੀ ਦੀ ਟਾਟਾ એનર્ਜੀ ਰਿਸਰਚ ਮੁਤਾਬਕ 1997 ਵਿੱਚ ਭਾਰਤ ਵਿੱਚ ਹਵਾ 'ਚ ਲਟਕਦੇ ਕਣਾਂ ਦੀ ਮਾਤਰਾ 17 ਮਿਲੀਅਨ ਟਨ ਸੀ ਜੋ 2047 ਤੱਕ ਵਧ ਕੇ 52 ਮਿਲੀਅਨ ਟਨ ਹੋ ਜਾਏਗੀ ਦਰਅਸਲ ਅਸੀਂ ਕੁਦਰਤ ਦੀ ਸ਼ahrag ਨੂੰ ਹੀ ਦੂਸ਼ਿਤ ਨਹੀਂ ਕਰ ਰਹੇ ਸਗੋਂ ਅਸੀਂ ਤਾਂ ਆਪਣੀ ਅਰਥੀ ਤਿਆਰ ਕਰਨ ਦੇ ਹਿੱਤ ਰੁਚੀਤਾ ਤਾਜ਼ੀ ਤੇ ਸਾਫ਼ ਵਾਦਾ ਲੰਗਰ ਲਾਉਣ ਵਾਲੇ ਬਿਰਖਾਂ ਨੂੰ ਤਾਂ ਪੰਜਾਬ ਤੋਂ ਜਲਾਵਤਨ ਕਰ ਦਿੱਤਾ ਹੈ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੇ ਉਪਰਾਲੇ ਸ਼ਾਇਦ ਇਸ ਧਰਤ ਨੂੰ ਹਰਿਆਵਲ ਦਾ ਕਜਣ ਬਖਸ਼ਣ ਚ ਕਾਮਯਾਬ ਹੋਣ। ਪਾਣੀ ਦਾ ਪ੍ਰਦੂਸ਼ਣ ਸਾਡੇ ਸੋਚ ਵਿੱਚ ਹੀ ਵਿਸਰ ਗਿਆ ਪਾਣੀ ਪੀਤਾ। ਸੰਕਲਪ ਜੀਵਨ ਦੀ ਸ਼ਾ ਰਗ ਦੀ ਸ਼ਾ ਰਗੀ ਜੇਕਰ ਅਸੀਂ ਵੱਢਤੀ ਤਾਂ ਕਿੰਜ ਜੀਵਾਂਗੇ? ਕੌਣ ਮਿਟਾਵੇਗਾ ਕਿਸੇ ਪਿਆਸੇ ਦੀ ਪਿਆਸ? ਖੜ ਸੁੱਕ ਹੋ ਕੇ ਸਦੀਵੀ ਡਰਨੇ ਬਣ ਜਾਣਗੇ। ਲੁਸ਼ ਕਰਦੀ ਬਿਰਖ ਤੇ ਖੇਤਾਂ ਚ ਫਸਲਾਂ ਦੇ ਵਿੱਚ ਜਾਏਗਾ ਸੋਗ ਦਾ ਸੰਦੂਰ ਕੁਮਲਾ ਜਾਣਗੇ ਫੁੱਲਾਂ ਦੇ ਰੰਗ ਤੇ ਫਿੱਕੇ ਪੈ ਜਾਣਗੇ ਕੋਮਲਤਾ ਨੂੰ ਮਾਨਣ ਵਾਲੇ ਅਹਿਸਾਸ ਦਰਿਆਵਾਂ ਨਹਿਰਾਂ ਨਲਕਿਆਂ ਤੇ ਧਰਤੀ ਹੇਠਲੇ ਜਲ ਭੰਡਾਰਾਂ ਨੂੰ ਜ਼ਹਿਰੀਲੀ ਦਿੱਖ ਪ੍ਰਦਾਨ ਕਰਨ ਚ ਛੱਡ ਨਹੀਂ ਰਹੀ ਕੋਈ ਵੀ ਕਸਰ ਇਸ ਅਮਾਨਵੀ ਕਾਰਜ ਵਿੱਚ ਹੀ ਨਹਿਰਾਂ ਦਰਿਆਵਾਂ ਚ ਨਿਰੰਤਰ ਪੈ ਰਿਆ ਸ਼ਹਿਰਾਂ ਕਸਬਿਆਂ ਮੈਟਰੋ ਸ਼ਹਿਰਾਂ ਦਾ ਅਣਸੋਧਿਆ ਪਾਣੀ ਹਰ ਘਰ ਚੋਂ 토ਏ ਜਾ ਰਹੇ ਬਰਤਨਾ ਰਹੀ ਪਾਣੀ ਚ ਰਲ ਰਹੇ ਨੇ ਕੁਲਣਸ਼ੀਲ ਪਦਾਰਤ ਤੇ ਚਿਕਨਾਈ ਫੈਕਟਰੀਆਂ ਦਾ ਗੰਧ ਮਿਲ ਰਿਹਾ ਹੈ ਅਮ੍ਰਿਤ ਵਰਗੇ ਪਾਣੀਆਂ ਚ ਪਾਰਾ ਸਿੱਕਾ ਲੋਹਾ ਆਰਸੈਨਿਕ ਕਰਮੀ ਮੀਮ ਜਿਹਾ ਭਾਰੀਆਂ ਤਾਤਾਂ ਪਾਣੀ ਚ ਪੈਦਾ ਹੋਏ ਗੰਧਲੇਪਣ ਕਾਰਨ ਸੂਰਜ ਦੀ ਰੋਸ਼ਨੀ ਨਾਲ ਪਾਣੀ ਛੋਣ ਵਾਲੀ ਆਕਸੀਜਨ ਕਾਰਬਨ ਕਿਰਿਆ ਪਰਬਵਤ ਘਟ ਜਾਂਦੀ ਹੈ ਪਾਣੀ ਵਿੱਚ ਲਈ ਆਕਸੀਜਨ ਤੇ ਖਤਰੇ 'ਚ ਪੈ ਜਾਂਦੀ ਹੈ ਪਾਣੀ ਦੇ ਜੀਵਾਂ ਦੀ ਹੋਂਦ ਕੀ ਅਸੀਂ ਦਰਿਆਵਾਂ ਨਦੀਆਂ ਦਾ ਪਾਣੀ ਪੀ ਸਕਦੇ ਹਾਂ ਜਾਂ ਬੁੱਢੇ ਨਾਲੇ ਚਿੱਟੀ ਵੇਈਂ ਦੇ ਪਾਣੀ ਨੂੰ ਖੇਤੀ ਲਈ ਵਰਤ ਸਕਦੇ ਹਾਂ ਹਰ ਸਾਲ 400 500 ਪਦਾਰਥ ਤਿਆਰ ਕੀਤੇ ਜਾਂਦੇ ਨੇ ਜੋ ਆਖਰ ਨੂੰ ਪਾਣੀ 'ਚ ਹੀ ਆ ਜਾਂਦੇ ਨੇ ਟੈਂਕਰਾਂ ਵਿੱਚੋਂ ਸਮੁੰਦਰਾਂ ਵਿੱਚ ਲੀਕ ਹੁੰਦਾ ਤੇਲ ਸਮੁੰਦਰੀ ਜੀਵਾਂ ਲਈ ਮੌਤ ਦਾ ਪੈਗਾਮ ਕੀਟਨਾਸ਼ਕ ਦਵਾਈਆਂ ਨਾਲ ਰੋਗੀ ਹੋ ਗਿਆ ਤਰਤੀ ਹੇਟਲਾ ਪਾਣੀ ਪੰਜਾਬ ਦੇ ਬਹੁਤੇ ਪਿੰਡਾਂ ਦਾ ਪਾਣੀ ਨਾ ਪੀਣ ਯੋਗ ਪੰਜਾਬ ਦੇ ਅੰਮ੍ਰਿਤ ਵਰਗੇ ਪਾਣੀਆਂ 'ਚ ਜ਼ਹਿਰ ਕੋਲਣ ਲਈ ਕੌਣ ਹੈ ਜ਼ਿੰਮੇਵਾਰ ਕਿਉਂ ਨਹੀਂ ਅਜੇ ਲੋਕਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਂਦਾ ਮਨੁੱਖ ਤੇ ਧਰਤ ਨੂੰ ਆਂਤਰੇ ਪਾਣੀਆਂ ਦਾ ਸਰਾਪ ਕਿਸ ਨੇ ਦਿੱਤਾ ਹੈ ਕਿਹੜਾ ਕੁਦਰਤ ਦੀ ਹੋਣੀ ਨਾਲ ਕਰ ਰਿਹਾ ਮਖੌਲ ਮੌਤ ਦਾ ਸੱਦਾ ਪੱਤਰ ਬਣੇ ਪਾਣੀਆਂ ਦਾ ਕੋਈ ਹੀ ਲੈਂਦਾ ਸਾਰ ਕੋਈ ਨਹੀਂ ਸੁਣਦਾ ਬਾਬਾ ਸੀਚੇ ਵਾਲੀ ਜੀ ਦੇ ਮਿਸ਼ਨ ਦੀ ਆਵਾਜ਼ ਤੇ ਬੇਨਤੀਆਂ ਅਜੇ ਤੀਕ ਵੀ ਪੈ ਰਿਹਾ ਹਰ ਤਰ੍ਹਾਂ ਦਾ ਗੰਦਾ ਪਾਣੀ ਬਾਬੇ ਨਾਨਕ ਦੀ ਵੇਈਂ ਨਹੀਂ ਸਰਕਦੀ ਸਰਕਾਰਾਂ ਦੇ ਕੰਨਾਂ ਤੇ ਜੂੰ ਵੈਸੇ ਪੰਜਾਬ ਤਾਂ ਬੇਆਬ ਹੋਣ ਦੇ ਰਸਤੇ ਤੇ ਪੈ ਗਿਆ ਧਰਤੀ ਦਾ ਪ੍ਰਦੂਸ਼ਣ ਕਦੇ ਸੋਚਿਆ ਜੇ ਕਿ ਕਿਦਰੇ ਲੋਪ ਹੋ ਗਿਆ ਸਾਡਾ ਮਸਤਕ ਚ ਮਾਤਾ ਤਰਤਮ ਹੱਤ ਦਾ ਅਰਥ ਭਰਪੂਰ ਆਲਮੀ ਸੁਨੇਹਾ ਸਰਬਜੀਵਾਂ ਦੀ ਪ੍ਰਤਪਾਲਕ ਧਰਤੀ ਮਾਨਾ ਲੱਜਿਆ ਸਲੂਕ ਕਿਉਂ ਕਿਉਂ ਅਸੀਂ ਆਪਣੀਆਂ ਖਬਰਾਂ ਪੁੱਟਣ ਚ ਮਸਰੂਫ ਕਿਨੇ ਸਾਡੀ ਸੋਚ ਨੂੰ ਜ਼ਹਿਰੀਲੇ ਪਾਣੀ ਜ਼ਹਿਰੀਲੀ ਪਾਣ ਚਾੜੀ ਕਿ ਅਸੀਂ ਨਿੱਜ ਤੋਂ ਉੱਪਰ ਉੱਠਦੇ ਹੀ ਨਹੀਂ ਸਰਬਕਲਾ ਸਮਰੱਥ ਧਰਤੀ ਗਈ ਹੈ ਗ੍ਰਹਿਣੀ ਜ਼ਿਆਦਾ ਉਪਜ ਤੇ ਲਾਭ ਲੈਣ ਦੇ ਦੌੜ ਚ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਨਿਰਸੰਕੋਚ ਵਰਤੋਂ ਅੰਨੇਵਾ ਖਾਣਾ ਦੀ ਪੁਟਾਈ ਧਰਤੀ ਦੀ ਹਿੱਕ ਤੇ ਲਾਏ ਜਾਰੇ ਸ਼ਹਿਰਾਂ ਕਸਬਿਆਂ ਫੈਕਟਰੀਆਂ ਦੇ ਕੋੜ ਕਬਾੜੇ ਦੇ ਢੇਰ ਨਿਊਕਲੀਅਰ ਧਾਤਾਂ ਦੀ ਰਹਿੰਦ-ਖੂੰਦ ਨੂੰ ਧਰਤੀ ਦੀ ਜਰਖੇਜ਼ ਕੁੱਖ ਵਿੱਚ ਦਬਾਉਣ ਦਾ ਸਵੈ ਮਾਰੂ ਕਾਰਜ ਕਣਕ ਪਰਾਲੀ ਨੂੰ ਲਾਈ ਅੱਗ ਕਰਨ ਸਾੜੀ ਜਾਰੀ ਧਰਤੀ ਦੀ ਉੱਪਰਲੀ ਉਪਜਾਊ ਤਿਆਤ ਬਹੁਤ ਸਾਰੀਆਂ ਮਨੁੱਖੀ ਕਿਰਿਆਵਾਂ ਧਰਤ ਨੂੰ ਰੱਕੜ ਬਣਾਉਣ ਲਈ ਯਤਨਸ਼ੀਲ ਵਿਚਾਰੀ ਧਰਤ ਵੀ ਕੀ ਕਰੇ ਅੰਦਰੋਂ ਅੰਦਰ ਹੀ ਅੱਗ ਦੇ ਘੁੱਟ ਭਰੇ ਕਿਹੜਾ ਜੋ ਹੋ ਰਿਉ ਜਾੜੇ ਦਾ ਦਰਦ ਮਾਨਵੀ ਸੋਚ ਵਿੱਚ ਧਰੇ ਫਿਰ ਕੋਈ ਆਦਮ ਦਾ ਜਾਇਆ ਧਰਤੀ ਦੀ ਸਦੀਵਤਾ ਦਾ ਫਿਕਰ ਕਰੇ ਧਰਤੀ ਦੀ ਘਟ ਰਹੀ ਉਪਜਾਊ ਸ਼ਕਤੀ ਤੇ ਧਰਤੀ ਤੇ ਉੱਸਰ ਰੇਟਾਂ ਪੱਥਰਾਂ ਤੇ ਜੰਗਲਾਂ ਕਾਰਨ ਇਹਦੇ ਸੁਹੱਪਣ ਨੂੰ ਲੱਗੀ ਨਜ਼ਰ ਦਾ ਕੋਈ ਤਾਂ ਯਾਰੋ ਪਾ ਕਰੀਏ ਧਰਤੀ ਦੀ ਬਾਝ ਹੋਰੀ ਕੁੱਖ ਨੂੰ ਬੇਮੌਤੇ ਨਾ ਮਰਨ ਦੇਈ ਜੇਕਰ ਅਜੇ ਅਜਿਆ ਵਰਤਾਰੇ ਨੂੰ ਠੱਲ ਨਾ ਪਾਈ ਗਈ ਤਾਂ ਆਉਣ ਵਾਲੇ 50 ਤੋਂ 100 ਸਾਲਾਂ ਤੱਕ ਤਰਤੀ ਦੀਆਂ ਅਧੀਆਂ ਨਸਲਾਂ ਖਤਮ ਹੋ ਜਾਣਗੀਆਂ